अखां गईयां जहान गया वाली कहावत तां तुसीं सुनी ही होवेगी। बिना अखां तो असीं अपनी जिंदगी दी कल्पना भी नहीं कर सकदे, पर जेकर एको ही परिवार दे दो लोक अन्ने हो जान तां उहनां नूं सहारा देण वाला, उहनां नूं संभालण वाला भी कोई ना होवे तां तुसीं सोच सकदे हो उहनां दी जिंदगी किस तरह दी होवेगी। जिला तरनतारण दी तहसील पट्टी अते करियाला दे नज़दीक पैंदे पिंड पूनिया दे एक परिवार ते कुदरत दी अजिही मार पई है कि एक ही परिवार दे दोनों भैण भरा अन्ने हो गए ने। एक अखां दी रोशनी तो बांझे, उपरों गरीबी दी मार। हालात इन्ने माड़े हन कि अपने टुटे घर च रहण लई मजबूर ने। तुसीं देख सकदे हो इन्हां दोवां भैण भरावां दी बदनसीब जिंदगी, जिस दे विच ना तां इन्हां दा कोई सहारा है ते ना ही रहण लई घर दे विच वधिया छत, जो बड़ी मुश्किल नाल अपना गुजारा करदे ने। देखण जां सुणन च इक फिल्म दी कहानी वांग लगदा है, पर असल जिंदगी विच इह भैण भरा इस कदर दुख चल रहे ने जिंदगी दे विच कि किसे पत्थर दिल इंसान दियां अखां विच भी हंझू आ जाण। फिलहाल इन्हां भैण भरावां दी जिंदगी किसे नरक नालों घट नहीं है। रब ने अखां तां खोह लईआं, पर सहारे लई भी कोई नहीं बचिआ। की नाम भाई तुहाडा? शरवण जी। की गल होई अखां नूं जी? इह जी रोशनी है नहीं, काम करदा चलदी। अच्छा, ते लाज लूज नहीं करवाया? लाज गए हां, तो थोड़े को पैसा तो लैने, गरीब बंदे हैं। अच्छा, अं कितों कराना है? ते घर दे हालात की ने जी? घर दा हालात कोई नहीं जी, अहीं दोवें भैण भरा गए हां, सानूं दिखदा नहीं। अच्छा, ते रोटी पानी दा कितना गुजारा हुंदा? रोटी पानी जी इतना ही, महाराज जी कदी बाबा दे दिंदा गुरद्वारे, जां कदी कोई दे दिंदा पुन्ना तरसी। ना कोई बत्ती है, ना कोई पानी धानी दा जगाट है, ना ही टट्टी बहन तो डिगदे फिरदे आ वट्टां दे उत्ते। गुजारा इतना जी, कोई पुनरथी दे जांदा तां ओहदा टाइम सारदे, सानूं कोई ना कोई मिलना चाहीदा। मंग कर दे दे। मंग साडी इहो जी, सरदार जी साडा इलाज कराया जावे, साडी कोई सहायता कीती जावे। मां को अहीं गरीब बंदे आ, ਸਾਡੀ ਤੇ ਇਹੋ ਬੇਨਤੀ ਤੁਹਾਡੇ ਘਰੇ। ਰੋਸ਼ਨੀ ਚੱਲ ਗਈ ਕੰਮ ਕਰ। ਕੰਮ ਕਰਦੇ? ਹਾਂਜੀ। ਕਿੰਨਾ ਚਿਰ ਹੋ ਗਿਆ ਇਸ ਤਰ੍ਹਾਂ? ਬੜਾ ਚਿਰ ਹੋ ਗਿਆ। ਤੇ ਇਲਾਜ ਲੋਈ ਨੀ ਕੋਈ ਕਰਵਾਇਆ? ਇਲਾਜ ਇਸ ਤਰ੍ਹਾਂ ਹੀ ਵੀ ਪੈਸੇ ਢਿੱਲ ਤੋਂ ਇਲਾਜ ਨਹੀਂ ਹੋਇਆ। ਤੁਸੀਂ ਦੋਵੇਂ ਭੈਣ ਭਰਾਵਾਂ ਦੀ ਅੱਖਾਂ ਦੀ ਰੋਸ਼ਨੀ ਨਹੀਂ? ਹਾਂਜੀ, ਦੋਵਾਂ ਦੀ। ਤੇ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲ ਰਿਹਾ? ਗੁਜ਼ਾਰਾ ਮਾੜਾ ਮੋਟਾ ਲੋਕ ਦੇ ਦਿੰਦੇ ਆ, ਪੁੰਨਾ ਰੱਤੀ ਖਾ ਲਈਦਾ, ਟਾਈਮ ਪਾਸ ਹੀ ਕਰਦੇ। ਤੇ ਕੋਈ ਬੱਤੀ ਹੈਗੀ ਘਰ ਦੇ ਵਿੱਚ? ਹਾਂਜੀ, ਨਹੀਂ ਹੈਗੀ। ਹੈ ਨੀ ਬੱਤੀ? ਤੇ ਕੋਈ ਲੈਟਰਿੰਗ ਬਾਥਰੂਮ ਵੀ ਵੇਖਣ ਦਾ ਕਿ ਨਹੀਂ? ਨਹੀਂ ਹੈਗਾ, ਨਾ ਪਾਣੀ ਹੈਗਾ। ਕੀ ਮੰਗ ਕਰਦੇ ਤੇ? ਅਸੀਂ ਮੰਗ ਇਹੋ ਕਰਦੇ ਹਾਂ ਕਿ ਸਾਡਾ ਇਲਾਜ ਕਰਾਇਆ ਜਾਵੇ, ਸਾਨੂੰ ਕੋਈ ਸਹਾਇਤਾ ਦਿੱਤੀ ਜਾਵੇ। ਇਹਨਾਂ ਨੂੰ ਸਰ ਜੀ ਪਿੱਛੇ ਤੋਂ ਹੀ ਏਦਾਂ ਹੀ ਕਿ ਮਤਲਬ ਦੋਵਾਂ ਭੈਣ ਭਰਾਵਾਂ ਨੂੰ ਨਹੀਂ ਦਿਖਦਾ। ਇਹਨਾਂ ਦੀ ਜੋ ਵੀ ਮਤਲਬ ਕਿ ਸੇਵਾ ਸਹੂਲਤ ਇਹਨਾਂ ਨੂੰ ਦਿੱਤੀ ਜਾਵੇ, ਕੋਈ ਵੀ ਇਹਨਾਂ ਦਾ ਤੁਹਾਨੂੰ ਚਲੋ ਦੇਸੀ ਰਿਹਾ, ਜੋ ਘਰ ਬਾਹਰ ਬਾਰੇ ਵੀ। ਘਰ ਦੇ ਕੀ ਹਾਲਾਤ ਨੇ ਇਹਨਾਂ ਦੇ? ਘਰ ਦੇ ਹਾਲਾਤ ਬਹੁਤ ਮਾੜੇ ਆ ਜੀ, ਤੁਸੀਂ ਵੇਖ ਹੀ ਰਿਹਾ ਕਿ ਜੋ ਵੀ ਆ, ਨਾ ਕੋਈ ਪ੍ਰਸ਼ਾਦਾ ਪਾਣੀ ਇਦਾਂ ਹੀ ਛਕਦੇ ਛਕਾਉਂਦੇ, ਨਾ ਕੋਈ ਬਾਥਰੂਮ ਲੈਟਰਿੰਗ, ਕੋਈ ਵੀ ਇਹਨਾਂ ਦੇ ਘਰ ਦਾ ਸਰਕਲ ਨਹੀਂ ਸਹੀ ਹੈਗਾ। ਤੇ ਇਹਨਾਂ ਨੂੰ ਜੋ ਵੀ ਸਹੂਲਤ ਜੋ ਵੀ ਕਿਸੇ ਸਰਕਾਰ ਵੱਲੋਂ ਚਾਹੇ ਕਿੱਦਾਂ ਵੀ ਕਿਸੇ ਦੀ ਸਹਾਇਤਾ ਕੋਈ ਵੀ ਇਹਨਾਂ ਦੀ ਕਰ ਸਕਦਾ ਵਾ। ਬੱਤੀ ਦਾ ਕਿੱਥੇ ਕੀ ਹਾਲ ਹੈ? ਕੋਈ ਵੀ ਹਾਲ ਨਹੀਂ, ਕੋਈ ਬਿਜਲੀ ਦਾ, ਕੋਈ ਇਹਨਾਂ ਦਾ ਬਿੱਲ ਨਹੀਂ ਤਾਰਨ ਜੋਗਾ, ਕੋਈ ਵੀ ਇਹਨਾਂ ਦਾ ਮਤਲਬ ਸਰਕਲ ਨਹੀਂ ਹੈਗਾ। ਕੀ ਹੁਣ ਮੰਗ ਕਰਦੇ? ਹੁਣ ਸਾਰੇ ਇਹਨਾਂ ਦਾ ਕੋਈ ਬਾਥਰੂਮ ਲੈਟਰੀਆਂ, ਘਰ ਬੂਹਾ ਸੋਹਣਾ ਬਣਾ ਕੇ ਦਿੱਤਾ ਜਾਵੇ, ਕੋਈ ਰਸੋਈ ਰਸਾ ਵੀ ਬਣਾ ਕੇ ਦਿੱਤਾ ਜਾਵੇ ਇਹਨਾਂ ਨੂੰ, ਤੇ ਲੀੜਾ ਕਪੜਾ ਚਲੋ ਪ੍ਰਸ਼ਾਦਾ ਪਾਣੀ ਵੀ ਇਹਨਾਂ ਨੂੰ ਮਿਲੇ। ਕੋਈ ਇਲਾਜ ਦਾ ਕੀ ਸਿਸਟਮ? ਇਲਾਜ ਦਾ ਸਰ ਕਰਵਾਉਣਾ ਚਾਹੀਦਾ ਇਹਨਾਂ ਦਾ, ਇਲਾਜ ਦਾ ਤੇ ਬਹੁਤ ਜ਼ਰੂਰਤ ਆ ਜੇ ਇਹਨਾਂ ਨੂੰ ਕਿਤੇ ਦਿਖਣ ਲੱਗ ਜਾਏ। ਅਸੀਂ ਮੰਦਰਾਂ ਗੁਰਦੁਆਰਿਆਂ ਵਿੱਚ ਚੜਾਵਾ ਚੜਾ ਕੇ ਰੱਬ ਨੂੰ ਖੁਸ਼ ਕਰਦੇ ਹਾਂ, ਸੋ ਆਓ ਇੱਕ ਪਹਿਲ ਕਦਮੀ ਕਰਦੇ ਹਾਂ। ਰੱਬ ਦੇ ਬਣਾਏ ਇਹਨਾਂ ਬੰਦਿਆਂ ਨੂੰ ਰੋਟੀ ਤੋਂ ਬਿਨਾਂ ਭੁੱਖ ਨਾਲ ਸੋਣਾ ਨਾ ਪਵੇ। ਤੁਹਾਡਾ ਵਧਾਇਆ ਇੱਕ ਕਦਮ ਉਹਨਾਂ ਦੀ ਹਨੇਰ ਭਰੀ ਜ਼ਿੰਦਗੀ ਦੇ ਵਿੱਚ ਉਜਾਲਾ ਕਰ ਸਕਦਾ। ਸਕਾਈ ਨਿਊਜ਼ ਪੰਜਾਬ ਲਈ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ। ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।